ਧਾਰੀ ਸਾਡੇ ਵਰਗੇ ਜੋ ਉਹਦੇ ਦਰ ਤੋਂ ਆ ਕੇ ਮੰਗਦੇ ਨੇ ਤੋ ਉਹ ਥੱਕ ਗਏ ਨੇ ਪਰ ਤੇਰੀਆਂ ਦਾਤਾਂ ਦਾ ਅੰਤ ਨਹੀਂ ਆਇਆ ਤੂੰ ਦਿੰਦਾ ਹੀ ਜਾ ਰਿਹਾ ਹੈ ਆਦਿ ਕਾਲ ਤੋਂ ਤੂੰ ਦਾਤਾਰ ਹੈ ਝੋਲੀਆਂ ਭਰਦਾ ਹੈ ਤੇਰੀਆਂ ਦਾਤਾਂ ਬੇਅੰਤ ਨੇ ਕੋਈ ਅੰਤ ਨਹੀਂ ਪਾ ਸਕਦਾ ਜੁੱਗਾਂ ਜੁੱਗਾਂ ਵਿੱਚ ਤੇਰੇ ਭੰਡਾਰ ਪ੍ਰਗਟ ਨੇ ਆਦਿ ਕਾਲ ਤੋਂ ਤੂੰ ਹੀ ਦਾਤਾਰ ਸੀ ਅੱਜ ਪ੍ਰੈਜ਼ੈਂਟ ਵਿੱਚ ਤੂੰ ਹੀ ਦਾਤਾਰ ਹੈ ਅਸੀਂ ਰਹੇ ਜਾਂ ਨਾ ਰਹੇ ਤੂੰ ਹੀ ਝੋਲੀਆਂ ਭਰਨ ਵਾਲਾ ਹੈ ਉਹਦੀ ਤਾਂ ਕੁਦਰਤ ਦਾ ਅੰਤ ਨਹੀਂ ਪਾ ਸਕੇ ਅਸੀਂ ਇਸ ਮਾਤ ਲੋਕ ਦਾ ਅਤੇ ਖੰਡਾਂ ਬ੍ਰਹਿਮੰਡਾਂ ਦਾ ਉਹਦੇ ਭੰਡਾਰਿਆਂ ਦਾ ਅਸੀਂ ਅੰਤ ਕੀ ਪਾਵਾਂਗੇ ਥੱਕਦੇ ਥੱਕ ਜਾਂਦੇ ਹਾਂ ਮਹਾਰਾਜ ਤੂੰ ਵੰਡਣੋਂ ਨਹੀਂ ਹਟਦਾ ਜੁਗਾ ਜੁਗੰਤਰ ਖਾਹੀ ਖਾਹੇ ਜੁਗਾਂ ਜੁਗਾਂ ਤੋਂ ਤੇਰੀਆਂ ਬਖਸ਼ੀਆਂ ਦਾਤਾਂ ਜੀਵ ਖਾ ਰਹੇ ਨੇ ਥਰੂ ਆਊਟ ਦਾ ਏਜਿਸ ਪਿੱਛੋਂ ਤੋਂ ਲੈ ਕੇ ਔਰ ਪਤਾ ਨਹੀਂ ਹੈ ਕਦੋਂ ਤੋਂ ਜਦੋਂ ਤੋਂ ਵੀ ਦੁਨੀਆ ਦਾ ਆਗਾਜ਼ ਹੈ ਆਗਾਜ਼ ਕਦੋਂ ਹੋਇਆ ਇਹ ਕੋਈ ਨਹੀਂ ਜਾਣਦਾ ਤੂੰ ਵੰਡਦਾ ਹੀ ਆ ਰਿਹਾ ਅਤੇ ਅਸੀਂ ਖਾਂਦੇ ਆ ਰਹੇ ਹਾਂ ਅਸੀਂ ਤੇਰੇ ਦਰ ਤੋਂ ਲੈ ਕਰਕੇ ਆਨੰਦ ਲੈਂਦੇ ਹਾਂ ਤੂੰ ਭੋਗਦੇ ਹਾਂ ਤੇਰੇ ਦਿੱਤੇ ਪਦਾਰਥਾਂ ਨੂੰ ਇੱਥੇ ਜਿਹੜਾ ਲਫਜ਼ ਹੈ ਨਾ ਜੁਗਾ ਬਹੁ ਵਚਨ ਹੈ ਜੁਗਾਂ ਜੁਗਾਂ ਤੋਂ ਹੁਣ ਜੁਗ ਲਫਜ਼ ਜਿਹੜਾ ਹੈ ਇਹ ਕਾਲ ਨੂੰ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ ਚੌਵਾਂ ਸ਼੍ਰੇਣੀਆਂ ਵਿੱਚ ਕਾਲ ਨੂੰ ਆਪਾਂ ਸਮੇਂ ਨੂੰ ਡਿਵਾਈਡ ਕਰਦੇ ਹਾਂ ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਖੈਰ ਹਰ ਯੁਗ ਦੇ ਵਿੱਚ ਤੂੰ ਹੀ ਦਾਤਾਰ ਹੈ ਅੱਗੇ ਲਫਜ਼ ਵਰਤਿਆ ਹੈ ਜੁਗੰਤਰ ਜੁਗਾਂਤਰ ਦਾ ਭਾਵ ਹੈ ਯੁੱਗਾਂ ਦਾ ਜੋੜ ਕਈ ਯੁੱਗ ਖਾਹੀ ਦਾ ਮਤਲਬ ਹੈ ਖਾਦਕ ਖਾਣ ਵਾਲਾ ਅਸੀਂ ਖਾ ਰਹੇ ਹਾਂ ਤੂੰ ਦੇ ਰਿਹਾ ਹੈ ਖਾਹੇ ਦਾ ਮਤਲਬ ਹੈ ਭੋਗ ਰਹੇ ਹਾਂ ਅਸੀਂ ਤੇਰੇ ਦਿੱਤੇ ਪਦਾਰਥਾਂ ਨੂੰ ਤੋ ਬੰਦਾ ਤਾਂ ਵਾਧੂ ਦਾ ਹੀ ਵਹਿਮ ਪਾਲੀ ਬੈਠਾ ਹੈ ਵੀ ਮੈਂ ਦੇਣ ਵਾਲਾ ਮੈਂ ਦਾਤਾਰ ਮੈਂ ਝੋਲੀਆਂ ਭਰਨ ਵਾਲਾ ਕਹਿੰਦੇ ਨਹੀਂ ਤੂੰ ਮੰਗਤਾ ਹੀ ਹੈ ਤੂੰ ਕੁਝ ਵੀ ਨਹੀਂ ਹੈ ਅਕਬਰ ਰਾਜੇ ਬਾਰੇ ਤਾਂ ਜਾਣਦੇ ਹੀ ਹੋ ਦਰਬਾਰੀ ਕਵੀ ਹੋਇਆ ਹੈ ਰਹੀਮ ਕਹਿੰਦੇ ਉਸਨੂੰ ਜਿਤਨੀ ਵੀ ਤਨਖਾਹ ਮਿਲਦੀ ਸੀ ਜਿਤਨਾ ਵੀ ਇਨਾਮ ਮਿਲਦਾ ਸੀ ਉਹਦੇ 'ਚੋਂ 9 ਹਿੱਸੇ ਦਾਨ ਕਰ ਦਿੰਦਾ ਸੀ ਅਤੇ 1 ਹਿੱਸਾ ਆਪਣੀ ਉਪਜੀਵਿਕਾ ਲਈ ਰੱਖ ਲੈਂਦਾ ਸੀ ਅਤੇ ਸਾਨੂੰ ਤਾਂ ਦਸੋ ਪਾਤਸ਼ਾਹੀਆਂ ਦਾ ਹੁਕਮ ਹੈ ਵੀ ਤੁਸੀਂ 9 ਹਿੱਸੇ ਰੱਖ ਲਓ ਅਤੇ 10ਵਾਂ ਹਿੱਸਾ ਵੰਡ ਦਿਓ ਦਸਵੰਧ ਕੱਢੋ ਗੁਰੂ ਘਰ ਲਈ ਉਹਦੇ ਨਾਲ ਕੀ ਹੋਵੇਗਾ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਅੰਦਰ ਜੋ ਇਹ ਬੜੇ ਵੱਡੇ ਵੈਰੀ ਨੇ ਇਹਨਾਂ ਦਾ ਸਫਾਇਆ ਹੋ ਜਾਵੇਗਾ ਦਸਵੰਧ ਦੀ ਮਰਿਆਦਾ ਨਾਲ ਵੈਰੀ ਕਿਹੜੇ ਨੇ ਦੁਨੀਆ ਵਿੱਚ ਦੁਖਦਾਇਕ ਸਾਨੂੰ ਕੀ ਲੱਗਦਾ ਹੈ ਦੁਨੀਆ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਭੁੱਖ ਹੈ ਅਨਪੜ੍ਹਤਾ ਹੈ ਦਸਵੰਧ ਨਾਲ ਇਹ ਮਨੁੱਖਤਾ ਦੇ ਵੈਰੀ ਮਿਟਾਏ ਜਾ ਸਕਦੇ ਨੇ ਔਰ ਦਸਵੰਧ ਕੱਢਣ ਦਾ ਹੁਕਮ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹਾ ਪਛਾਣ ਹੈ ਸੇ ਸਿੱਖਾ ਤੂੰ ਦਾਤਾ ਹੈ ਮੰਗਤਾ ਨਹੀਂ ਹੈ ਤੂੰ ਘਾਲਣਾ ਘਾਲਿਆ ਕਰ ਮੁਸ਼ਕਤ ਘਾਲਿਆ ਕਰ ਗੁਰੂ ਨਾਨਕ ਤੇਰੇ ਭੰਡਾਰੇ ਬੇਅੰਤ ਰੱਖੇਗਾ ਅਤੇ 10ਵਾਂ ਹਿੱਸਾ ਵੰਡ ਦਿਆ ਕਰ ਲੰਗਰਾਂ ਵਿੱਚ ਪਾ ਦਿਆ ਕਰ ਗਰੀਬ ਦੀਆਂ ਆਂਦਰਾਂ ਦੀ ਭੁੱਖ ਮਿਟਾ ਦਿਆ ਕਰ ਨੰਗੇ ਦੇ ਤਨ ਨੂੰ ਕੱਜ ਦਿਆ ਕਰ ਲੋੜਵੰਦ ਨੂੰ ਵਿੱਦਿਆ ਲਈ ਦਾਨ ਕਰ ਦਿਆ ਕਰ ਕਿਸੇ ਰੋਗੀ ਨੂੰ ਦਵਾਈਆਂ ਦਾ ਦਾਨ ਕਰ ਦਿਆ ਕਰ ਇਹ ਸਿੱਖੀ ਦਾ ਸਿਧਾਂਤ ਹੈ ਅੱਜ ਕੱਲ੍ਹ ਸਰਕਾਰਾਂ ਪੰਜਾਬ ਨੂੰ ਮੰਗਤਿਆਂ ਵਜੋਂ
दुनिया ते प्रगट कर रही ने, दिखा रही ने भी गुरु नानक दे सिख जिहड़े कदे दातार सी अज हजार रुपये ते वोट पा देंदे ने, शराब की बोतल ते वोट पा देंदे ने, थोड़ी बहुती बिजली की माफ़ी ते वोट पा देंदे ने। वो रब दा वास्ता जे सिखो तुसी वंडन वाले सी, हक लईदा है और रोब नाल लईदा है, झोली अड के मंगे नहीं जाते, हक हक लैने पैंदे ने। सो जहन विच इस गल नूं चंगी तरह टका लो, सिख मंगता नहीं है, सिख दातार है। सरकारां नूं कहो जे वोट लैनी है तो इस पंजाब देश दे विच बच्चियां दा भविख की है, जॉब्स क्रिएट करो, नौकरियां क्रिएट करो। बच्चे बाहर नूं दौड़ रहे ने, कीता उल्टा जा रहा है। मैं लफ्ज वरती लवां, आम ही वरतदे, सानू हड हरामी बनाया जा रहा है, दान ते ला के सानू मंगते बनाया जा रहा है, ते आपां मंगते बन रहे हैं। जदों किधरे झोली अड के मंगण नू जी करे ते गुरु नानक दी ये बाणी पढ़ लिया करो, सिख कदे भी भिखारी नहीं हो सकता। सिख घालना घाल के हथों दिंदा है, लंगर लाउण वाला है, वंडण वाला है। तो जेड़ा वंडण वाला बन गया उसनू ही अकाल पुरख दे रस्ते दी पहचान है, उही परमात्मा विच एकमिक होवेगा, क्योंकि परमात्मा भी दातार है ते उहदे सिख भी दातार हो निबड़दे ने। सच ता पर जाणी है जां सिख सची ले, दया जाने जी की किश पुन दान करे। सिख दानी है, सिख दान करन वाला है। तां ही तुसीं वेखोगे दुनिया के किसी कोने विच भी चले जाओ, रैड लाइट्स के उत्ते तुहानू सिख मंगते दे रूप च नहीं मिलेगा। पर अज सरकारां सानू मंगते बना रही ने, सो सुचेत रहो। सरकार कोई भी होवे, सिख ने मंगते नहीं बनना, दातार बन के रहना है। हक डांग ना लैने पैंदे ने, मंगिया किसी नू नहीं मिलते होंगे। खैर, रहीम का सुभा सी दसवां हिस्सा रख के नौ हिस्से दान करता सी। तो लोड़वंद उस कवि दे दरवाजे उत्ते खलोते रहिंदे सी, ते कदे भी किसे नू निराश नहीं सी होण दिंदा, तिल फुल दे ही दिया करदा सी। पर उहदा एक सलीका सी दान करन दा, उन्हें जदों भी झोली विच दान पाउणा ते अखां हेठां कर लैणियां। ओ मंगते दियां अखां च अखां नहीं सी पाउंदा। तो एक दाने परदाने सज्जण ने पुछ लिया, रहीम जी कवि जी, देण वाले दा हथ हुंदा है उच्चा, लैण वाले दी झोली हुंदी है नीवी, हथ हुंदा है नीवा, देण वाले दियां नज़रां हुंदियां ने उच्चियां, लैण वाले दियां नज़रां हुंदियां ने झुकियां। तो जदों तुहाडे वल वेखदे हां तुसीं दान करदे हो ते तुहाडियां नज़रां हेठां क्यों हुंदियां ने? ओ कवि सी, तुन्ने काव्य रचना कीती, बोल प्रगट कीते, साईं सब को देत है, वेखत है दिन रैना, लोग नाम मेरो लहें, या ते नीचे नैण। कहिंदे परमात्मा सब नूं दिंदा है, सब नूं पालदा है और वेख रहा है। ये परमात्मा दी मेहरबानी है, मैनू मंगण वाला नहीं देण वाला बनाया है उसने। लोग मेरा नाम लै रहे ने, मैं दाता हाँ, मैं शर्मिंदा हो रहा भी मेरा कुछ भी नहीं है, जो दिता है परमात्मा ने दिता है, बल्ले बल्ले मेरी होई जाती है। जदों दान देना है तो इस भावना नाल दया कर, सारिया नू वही दिंदा है। कोई कवि है, कोई राजा है, कोई भिखारी है, केवड दाता आखिया देख रहा सुमार, नानक तोट ना आवई तेरे जुग है जुग है भंडार, पर तेरे भंडार जुगा जुगा तो वरत रहे ने, तोट नहीं आउंदी, सब नू तू दिना है। कोई दाता है, कोई भिखारी है, तेरे दर दे सारे ही मंगते ने। तो इंसान दे हाथ विच कुछ नहीं है, सबना दाता एक तू, मानस दात ना होए, बंदा दात नहीं दे सकदा।